ਇੱਧਰ ਗਏ ਚਾਚੇ ਹੋਰੀ, ਬੜੀ ਮਸ਼ਹੂਰੀ ਸੁਣੀ ਹੈ ਇਹਨਾਂ ਦੀ, ਬਈ ਸੁਣਿਆ ਬੜੀ ਚੰਗੀ ਕਟਿੰਗ ਕਰਦੇ ਨੇ, ਵੇਖ ਹੁਣ ਕੀ ਕਰਦੇ ਨੇ ਸਾਡੇ ਨਾਲ, ਆ ਤਾਂ ਅਸੀਂ ਗਏ ਹਾਂ। ਚਾਚੇ ਜੀ ਲੱਗ ਗਏ, ਜਰਾ ਕੰਮ ਗਿਆ ਸੀ ਕੁੱਕਰ ਦਾ ਗੋਸ਼ਟ ਲੈਣ, ਹੋਰ ਸੁਣਾਓ ਕੀ ਕਰਾਉਣਾ ਚਾਹੁੰਦੇ ਹੋ? ਉਹ ਕਰਾਉਣਾ ਕੀ ਜਨਾਬ, ਬੜੀ ਦੂਰੋਂ ਦੂਰੋਂ ਤੱਕ ਤੁਹਾਡੀ ਮਸ਼ਹੂਰੀ ਸੁਣੀ ਆ। ਆ ਸ਼ੁਕਰ ਅਲਹਮਦੁਲਿਲਾ ਜੀ, ਬੜੀ ਦੂਰ ਦੂਰ ਤੱਕ ਸੁਣਿਆ ਵੀ ਕਟਿੰਗ ਬੜੀ ਅੱਛੀ ਕਰਦੇ ਹੋ, ਸ਼ੇਅਰ ਬੜੀ ਚੰਗੀ ਬਣਾਉਂਦੇ ਹੋ। ਬੜੀ ਸੋਹਣੀ ਬਣਾਉਣਾ ਜੀ, ਕਿਹੜੀ ਕਟਿੰਗ ਕਰਾਣੀ ਹੈ ਤੁਹਾਂ? ਉਹ ਜਨਾਬ ਤੁਹਾਡੇ ਵਾਲ ਸੈਟਿੰਗ ਕਰਾਣੇ। ਵਾਲ ਸੈਟਿੰਗ ਕਰਾ, ਚਲੋ ਮੈਂ ਕੰਘਾ ਲਾਵਾਂ ਪਹਿਲੇ, ਤੁਹਾਡੇ ਵਾਲ ਚੈੱਕ ਕਰਾਂ ਮੈਂ ਪਹਿਲੇ, ਠੀਕ ਹੈ? ਆ ਲਾ ਮੈਂ ਦਿਨਾ ਠੀਕ ਮਿੰਟ ਜੀ, ਪਹਿਲੇ ਕਦੀ ਇੱਕ ਗਲਾਸ ਪਾਣੀ ਦਾ ਦੇ ਦਿਓ, ਮੈਂ ਫਿਰ ਫਿਰ ਕੇ ਤੁਹਾਡਾ ਨਾਮ ਜਨਾਬ ਸੁਣਿਆ ਤੇ ਫਿਰ ਫਿਰ ਕੇ ਥੱਕ ਗਿਆ। ਆ ਪਾਣੀ ਵੀ ਪਿਆਨੇ ਆ, ਤੁਹਾਨੂੰ ਪਾਣੀ ਪਿਆ ਪਿਆ ਕੇ ਮਾਰਦਾ ਚਾਚਾ ਬਰਕਤ। ਆ ਮੈਂ ਓਹੋ, ਇਹਦੇ ਵਾਲ ਵੀ ਬਹੁਤ ਜ਼ਿਆਦਾ ਨੇ ਕਗਾ ਜਿਹੜਾ, ਹੈ ਨਾ? ਓਹੋ ਕੀ ਕਰ ਰਹੇ ਹੋ ਚਾਚਾ ਜੀ? ਕਿਉਂ ਕਗਾ ਚੁੱਭਦਾ ਤੇ ਹੋਰ ਇਹ ਕੇ ਜਨਾਬ ਸਿਰ ਵੀ ਦਰਦ ਕਰਨ ਲੱਗ ਪਿਆ? ਕਰ ਲਈ ਮਾਰੀ ਨੇ, ਕੀ ਕੀਤਾ ਨੇ? ਓਏ ਤੂੰ ਵੱਡਾ ਜਾਵਾ, ਹੋਰ ਕੋਈ ਕੰਗੀ ਲਾਓ ਜਨਾਬ, ਅੱਲਾ ਦਾ ਨਾਂ ਨੇ। ਤੁਹਾਨੂੰ ਕਿਸ ਨਾਈ ਬਣਾਇਆ, ਇਹ ਤੇ ਵਾਸ਼ਰੂਮ ਵਿੱਚ ਇਸਤੇਮਾਲ ਕਰੋ ਤੁਸੀਂ ਸਾਡੇ ਸਿਰ। ਉਹ ਮੈਂ ਕਿੱਥੇ ਆ ਗਿਆ, ਮੈਂ ਗਲਤ ਬੰਦੇ ਕੋਲ ਆ ਗਿਆ। ਓਏ ਨਹੀਂ, ਓਏ ਨਹੀਂ, ਕੰਘਾ ਲਿਆਓ ਕੰਘਾ। ਬਾਕਾਇਦਾ ਆਪਕਾ ਕਾਮ ਕਾ ਆਗਾਜ਼ ਕਰਤੇ ਹੈ ਅਬ। ਓਹੋ, ਉਹ ਪਹਿਲੇ ਪਾਣੀ ਪਿਲਾਓ, ਮਨ ਪਿਆਸ ਬੜੀ ਸਖਤ ਲੱਗੀ। ਪਾਣੀ ਪੀਸੋ? ਹਾਂ। ਘਰ ਨਹੀਂ ਪੀਂਦੇ ਆਏ? ਪੀਣ ਤਾਂ ਆਏ ਹਾਂ ਜਨਾਬ, ਲੱਭ ਲੱਭ ਕੇ ਤੁਹਾਡੀ ਦੁਕਾਨ ਤੇ ਫਸ ਗਏ। ਚਲੋ ਅੱਜ ਸਾਰੇ ਖਰਾਬ ਕਰ ਕਰਾ ਪਿਆਨੇ ਆ, ਪਾਣੀ ਪਿਆਨੇ ਆ। ਚਾਚਾ ਜੀ ਮੈਂ ਵਾਲ ਕੱਟਣੇ ਨੇ, ਮੈਂ ਥਾ ਤੈਨੂੰ ਦੇ ਲਈ। ਨਹੀਂ ਨਹੀਂ, ਆ ਦੇ ਕੇ ਮਾਏ ਕੋਈ ਇਨਾਮ ਲੈ ਲੈਣਾ। ਹਾਏ ਹਾਏ, ਯਾ ਅੱਲਾ, ਲੱਗਦਾ ਅੱਜ ਮੇਰਾ ਆਖਰੀ ਦਿਨ ਹੈ। ਆਮੀਨ। ਵਾਲ ਕੱਟਣਾ ਨਾ, ਮੌਤ ਦੇਖਣ ਦੇ ਵਿੱਚ ਆ ਗਏ। ਓਏ ਆਹ ਨਾ ਪਾਣੀ ਪੀਣਾ, ਪਾਣੀ ਪੀਸੋ। ਪਾਣੀ ਪੀਣਾ ਨਾ, ਪਾਣੀ ਪੀਣਾ, ਪਾਣੀ ਦਿਓ। ਓਏ ਮੇਰੇ ਅੱਲਾ, ਬਸ ਯਾ ਅੱਲਾ ਮੇਰੀ ਜਾਨ ਇੱਥੋਂ ਅੱਜ ਪਹੁੰਚਾ। ਨਹੀਂ ਜੀ ਨਹੀਂ, ਬਸ ਮੈਂ ਪੀ ਲਿਆ, ਪੀ ਲਿਆ। ਸ਼ੀਸ਼ਾ ਸ਼ੂਸ਼ਾ ਕੋਈ ਨੀ, ਮੂੰਹ ਤੱਕਣਾ ਸ਼ੀਸ਼ਾ ਮੈਂ ਦੇਣਾ ਤੈਨੂੰ। ਓਹ ਉੱਤੇ ਤੁਕਾਂ ਸੱਟੀ ਜਾਂਦੇ ਹੋ ਨਾਲੀ ਤੇ ਸ਼ੀਸ਼ਾ ਸਾਫ ਹੁੰਦਾ ਬੰਦਾ। ਬੜਾ ਨਾਂ ਸੁਣਿਆ ਜੀ, ਚਾਚਾ ਫੱਤੂ ਬੜਾ ਅੱਛਾ ਨਾਈ ਹੈ। ਚਾਚਾ ਰੱਜ ਗਏ ਤੁਹਾਡੀ ਦੁਕਾਨ ਤੇ ਆ ਕੇ। ਚਾਚਾ ਬਰਕਤ, ਮੇਰਾ ਨਾਂ ਸ਼ੀਸ਼ਾ ਹਾਥੀ ਚ ਫੜੋ। ਆ ਸ਼ੀਸ਼ਾ ਹਾਥੀ ਚ ਫੜੋ, ਸ਼ੀਸ਼ਾ ਹਾਥੀ ਚ ਫੜੋ, ਇੰਜ ਕਰੋ। ਛੋਟੀ ਹੈਗੀ, ਹੋਰ ਇਸ ਤੋਂ ਵੱਡੀ ਕੀ ਹੋਰ ਲੈ ਕੇ ਆਓ, ਇਹ ਤੇ ਸਭ ਤੋਂ ਵੱਡੀ ਹੈ। ਆ ਕੱਲ ਤੇ ਮੈਂ ਤੇਜ਼ ਕਰਾਈ ਹੈ ਯਾਰ, ਇਹ ਤੋਂ ਮੈਂ ਹੁਣੀ ਬਾਹਰ ਕੱਢਾਂ। ਨਹੀਂ ਕੱਟਣੇ, ਹਾਲਾ ਮੈਂ ਦੇਣਾ, ਮੈਂ ਦੇਣਾ ਵਾਲ ਕੱਟਣ ਦੀ ਕੈਂਚੀ। ਨਹੀਂ ਮੈਂ ਬੱਚਾ, ਮੈਂ ਦੇਣਾ, ਮੇਰਾ ਬੱਚਾ ਹਫਤੇ ਬਾਅਦ ਤੇ ਪਹਿਲਾ ਗਾਹਕ ਆਇਆ। ਅੱਲਾ ਖੈਰ ਕਰੇ, ਮੈਂ ਵਾਲ ਕਟਾਉਣ ਆਇਆ ਜਾਂ ਚਾਦਰਾਂ ਕਟਾਉਣ ਆਇਆ ਲੋਹੇ ਦੀਆਂ? ਆ ਵੇ, ਆ ਜਿਹੜੀ ਹੈਗੀ ਨਾ, ਮੈਂ ਤੈਨੂੰ ਦੱਸਣ ਦੀ ਆ, ਆ ਜਿਹੜੀ ਹੈ ਇਹ ਨਿੱਕੇ ਵਾਲ ਕੱਟਣ ਵਾਲੀ ਹੈ। ਓ ਚਾਚਾ ਜੀ, ਵੱਡੇ ਵਾਲਾਂ ਦੀ ਚਾਦਰਾਂ ਕੱਟਣ ਆਇਆ। ਉਹ ਲੋਹੇ ਦੀਆਂ? ਉਹ ਨਹੀਂ ਨਹੀਂ, ਮੇਰੇ ਕੋਈ ਲੋਹੇ ਦੇ ਵਾਲ ਲੱਗੇ ਹੋਏ। ਹੋਰ ਕੋਈ ਕੈਂਚੀ ਛੋਟੀ ਜਿਹੜੀ ਜਿਹਦੇ ਨਾਲ ਵਾਲ ਕੱਟੀ ਦਾ, ਉਹ ਲੈ ਕੇ ਆਓ। ਫਿਰ ਹੁਣ ਮੇਰਾ ਬੱਚਾ ਤੂੰ ਤਿਆਰ ਹੋ ਜਾ। ਮੈਂ ਬਸ ਵਾਲ ਕੱਟੇ ਗਏ ਨੇ, ਰਹਿਣ ਦਿਓ। ਪਹਿਲੇ ਇਹ ਦੱਸੋ, ਵੀ ਪੈਸੇ ਕਿੰਨੇ ਲੈਂਦੇ ਹੋ? ਪੈਸੇ ਤੇ ਯਾਰ ਘਰ ਦੀ ਗੱਲ ਆ, ਤੂੰ ਕਟਿੰਗ ਤੇ ਕਰਾ ਇੱਕ ਵਾਰੀ, ਤੂੰ ਯਾਦ ਰੱਖੇਗਾ ਚਾਚਾ ਬਰਕਤ ਦੀ ਬੜੀ ਦੂਰ ਦੂਰ ਤੱਕ ਧੁਆਣੇ। ਸ਼ੀਸ਼ਾ ਇੰਜ ਕਰ ਲੈਂਦੇ ਆ, ਲੇਕਿਨ ਇਤਨੀਆਂ ਵੱਡੀਆਂ ਵੱਡੀਆਂ ਕੈਂਚੀਆਂ ਜਨਾਬ, ਕੋਈ ਕੀ ਕਰੂਗਾ ਤੁਸੀਂ? ਉਹ ਅੱਜ ਤੱਕ ਕਿਸੇ ਨੇ ਵਾਲ ਕਟਾਉਣ ਆਇਆ, ਅੱਜ ਤੱਕ ਕਿਸੇ ਨੇ ਇਤਰਾਜ਼ ਨਹੀਂ ਕੀਤਾ, ਹਫਤੇ ਬਾਅਦ ਪਹਿਲਾ ਗਾਹਕ ਆਇਆ। ਲੋਕ ਇਤਰਾਜ਼ ਨਾ ਕਰਨ, ਕੋਈ ਗੱਲ ਨਹੀਂ, ਲੋਕ ਸਹਿ ਸਕਦੇ ਨੇ। ਚਾਦਰਾਂ ਕੱਟੀ ਦਾ ਮੈਂ
ایک منٹ تہاڈی میں سیٹنگ کر لوں اگر او سیٹ جی تہاڈی میں فائنل کٹنگ کرنا ٹھیک ہے جی او نہیں جی نہیں میں فائنل کٹنگ کرنا جی او ہو جی اللہ دا مہمان شیشہ تے لوک میں وال نہیں کٹانے نا بیٹھو میں پیسے کنے ہونے نا پیسے تہاڈے کولو لاساں جی جناب بڑی گندا نائی ہے بھائی نہیں یار حمام والا کہو اپنا ہی نہ کہیں ایک منٹ کڑا کے آنی سی یار ویسے میں لینا تقریباً 750 روپیہ تہاڈے کولو میں لینا 500 روپیہ 750 روپیہ لینا تو میرے کو کنا لینا 500 روپیہ 250 روپیہ کنسیشن کر دیتے نہیں بھائی مزدور بندے 100-150 وال کٹا لینے 500 روپیہ تہن دینا اس نال میں پھا لے لاواں تے او او گل سنو کیڑا تہن 25-30-35-40-50 تو کیڑا تہاڈے کٹ کرے گا ریعت کر دینا ویسے میرا اصول نہیں ہے ریعت کر دے سو میں پیسے چھوڑ دینا تہاڈی ذات واسطے 490 روپے ہو جان گے 10 روپے ریعت کر دینا میں پھر بھی مہنگا میں بال کوئی نہیں کٹانے میں کٹا میں بھائی جی تہاڈے بال کٹ چل 10 روپے ہور کٹ کر دیو السلام علیکم سائیکل والا کدھر گیا پیچکس بھی ہو گیا سائیکل دا بھی کام کردے ہو تے نال کٹنگ دا بھی میں سارے کام تسی نائی ہو یا مکینک ہو میں دوویں پاسے جدھروں کو